ਕੱਲ੍ਹ ਦੇਰ ਸ਼ਾਮ ਬਟਾਲੇ ਦੇ ਗਾਂਧੀ ਚੌਂਕ 'ਚ ਇੱਕ ਮ੍ਰਿਤਕ ਨੌਜਵਾਨ ਦੀ ਡੈੱਡ ਬੋਡੀ ਲੈ ਕੇ ਪਰਿਵਾਰ ਵਾਲਿਆਂ ਦੇ ਵੱਲੋਂ ਪੁਲਿਸ ਜ਼ਿਲ੍ਹਾ ਬਟਾਲੇ ਦੇ ਖਿਲਾਫ਼ ਕਈ ਘੰਟਿਆਂ ਤੱਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ 'ਤੇ ਬੈਠੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਆਰੋਪ ਲਗਾਇਆ ਹੈ ਕਿ ਉਹਨਾਂ ਦੇ ਬੇਟੇ ਸੁਖਵਿੰਦਰ ਸਿੰਘ ਜੋ ਬੀਤੇ ਕੱਲ੍ਹ ਸੜਕ ਹਾਦਸੇ 'ਚ ਜ਼ਖਮੀ ਹੋਇਆ ਸੀ ਅੱਜ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ ਅਤੇ ਪਰਿਵਾਰ ਨੇ ਆਰੋਪ ਲਗਾਇਆ ਕਿ ਜਿਸ ਗੱਡੀ ਦੇ ਵੱਲੋਂ ਹਾਦਸੇ ਨੂੰ ਟੱਕਰ ਮਾਰੀ ਗਈ ਸੀ ਉਹ ਇੱਕ ਪੁਲਿਸ ਅਧਿਕਾਰੀ ਸੀ ਅਤੇ ਮ੍ਰਿਤਕ ਦੇ ਪਰਿਵਾਰ ਨੇ ਆਰੋਪ ਲਗਾਇਆ ਕਿ ਪੁਲਿਸ ਇਸ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉੱਥੇ ਹੀ ਪੁਲਿਸ ਦੇ ਵੱਲੋਂ ਮੌਕੇ ਤੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ASI ਚਰਮਲ ਸਿੰਘ ਦੇ ਖਿਲਾਫ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿੱਤਾ ਗਿਆ ਹੈ ਅਤੇ ਧਰਨੇ ਤੇ ਬੈਠੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਆਰੋਪੀ ਪੁਲਿਸ ASI ਚਰਮਲ ਸਿੰਘ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲੈਣਗੇ ਅਤੇ ਇਸ ਵਿਸ਼ਵਾਸ ਤੇ ਬਾਅਦ ਧਰਨਾ ਵੀ ਉਠਾ ਦਿੱਤਾ ਗਿਆ। ਮੈਂ ਆਪਣੇ ਭਰਾ ਨੂੰ ਲੈ ਕੇ ਕੰਮ ਤੇ ਜਾਣ ਡਿਆ 8 ਵਜੇ ਦਾ ਟਾਈਮ ਸੀ। ਇੱਕ ਗੱਡੀ ਵਾਲਾ ਪੁਲਿਸ ਅਫਸਰ ਸੀ, ਉਹ ਪਿੱਛੋਂ ਆਇਆ, ਪਤਾ ਨਹੀਂ ਉਹਨੇ ਕੋਈ ਨਸ਼ਾ ਕੀਤਾ ਹੋਇਆ ਸੀ। ਉਹਨੇ ਸਰ ਐਡੇ ਜ਼ੋਰ ਨਾਲ ਟੱਕਰ ਮਾਰੀ ਕਿ ਮੇਰੇ ਭਰਾ ਦੀ ਡੈਥ ਹੋ ਗਈ ਅਤੇ ਮੈਂ ਵੇਖ ਲਓ ਜ਼ਖਮੀ ਹੋ ਗਿਆ ਅਤੇ ਸਾਨੂੰ ਛੱਡ ਕੇ ਉਹ ਭੱਜ ਗਿਆ ਜੀ ਉੱਥੋਂ ਗੱਡੀ ਛੱਡ ਕੇ। ਸਾਨੂੰ ਇਨਸਾਫ ਚਾਹੀਦਾ ਜੀ। ਪਿੰਡ ਆ ਚਿਮਾ ਚਿਮਾ ਉਹਦਾ ਨਾਮ ਆ, ਠੀਕ ਆ, ASI ਹੈਗਾ ਉਹ ਤੇ ਮੇਰਾ ਵੀਰ ਕੰਮ ਤੇ ਜਾਣ ਡੇ ਸੀਗੇ ਤੇ ਕੰਮ ਤੇ ਜਾਣ ਡਿਆ ਉਹ ਪਿੱਛੋਂ ਭਣਵੇ ਤੋਂ ਬੜਾ ਰੱਜਿਆ ਆਉਣ ਡਿਆ ਸੀਗਾ। ਪਿੱਛੋਂ ਐਡੀ ਸਪੀਡ ਦੇ ਵਿੱਚ ਆਇਆ ਉਹਨੇ ਸਿੱਧੀ ਆਣ ਕੇ ਗੱਡੀ ਮਾਰੀ। ਮੇਰਾ ਵੀਰ ਆ ਪਿੱਛੇ ਬੈਠਾ, ਜਿਹੜਾ ਗਾੜੀ ਬੈਠਾ ਉਹਦੇ ਸਿਰ 'ਚ ਟਾਂਕੇ ਲੱਗੇ, ਪੈਰਾਂ ਆਪਣੇ ਤੋਂ ਨਹੀਂ ਉਹ ਚੱਲ ਸਕਦਾ, ਉਹਦੇ ਸਿਰ ਦੇ ਵਿੱਚ ਇੱਥੇ ਮਾਰ ਕੇ ਸੁੱਟ ਗਿਆ। ਕਿਸੇ ਨੇ ਨਹੀਂ ਪੁੱਛਿਆ ਸਾਡੇ ਮਗਰ ਜਾ ਕੇ ਕੱਲ੍ਹ ਦਾ, ਪੁਲਿਸ ਨਹੀਂ ਪਹੁੰਚੇ ਸੀ, ਲਿਖਾ ਕੇ ਵੀ ਗਏ ਹੈਗੇ, ਉਹਨਾਂ ਕਿਸੇ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ, ਕੋਈ ਨਹੀਂ ਸਾਡੀ ਸੁਣੀ ਗਈ। ਸਾਨੂੰ ਵਾਧੇ ਦੀਆਂ ਸਾਨੂੰ ਉਹਨਾਂ ਧਮਕੀਆਂ ਦਿੱਤੀਆਂ ਨੇਗੀਆਂ ਵੀ ਜੇ ਤੁਸੀਂ ਕੋਈ ਵੀ ਕਾਰਵਾਈ ਕੀਤੀ ਤੇ ਤੁਹਾਡੇ ਤੇ ਅਸੀਂ ਉਲਟ ਕੇਸ ਕਰਾਂਗੇ। ਆ ਧਮਕੀਆਂ ਦਿੱਤੀਆਂ ਉਹਨਾਂ ਨੇ ਸਾਨੂੰ, ਪੁੱਛ ਲਾ ਪੁਲਿਸ ਵੀ ਇਸ ਟਾਈਮ ਮੌਜੂਦ ਹੈ, ਕਿਸੇ ਨੇ ਨਹੀਂ ਸਾਡੀ ਕੋਈ ਵੀ ਸੁਣੀ, ਸਾਡੀ ਕੋਈ ਕਾਰਵਾਈ ਨਹੀਂ ਹੋਈ। 8:21 ਨੂੰ ਇੱਕ ਐਕਸੀਡੈਂਟ ਅਲੀਵਾਲ ਦੇ ਲਾਗੇ ਹੋਇਆ ਸੀਗਾ ਤੇ ਕੱਲ੍ਹ ਇੱਕ ਬੰਦਾ ਜਿਹੜਾ ਸੁਖਵਿੰਦਰ ਸਿੰਘ ਇੰਜਰਡ ਹੋ ਗਿਆ ਸੀਗਾ। ਇਹ ਉਹ ASI ਚਰਮਲ ਸਿੰਘ ਜਿਹਦੀ ਗੱਡੀ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ, ਮੋਟਰਸਾਈਕਲ 'ਤੇ ਜਾ ਰਹੇ ਸੀ, ਉਹ ਗੱਡੀ 'ਤੇ ਆ ਰਿਹਾ ਸੀਗਾ, ਉਹਦੀ ਅੱਜ ਜਿਹੜੀ ਡੈਥ ਹੋ ਗਈ ਹੈਗੀ। ਇਹ ਆਪਣੇ ਮੰਗ ਕਰਦੇ ਆ ਕਿ ਜਿਹੜੇ ਮੰਦਈ ਹੈ ਕਿ ਵੀ ਸਾਡੇ ਜਿਹੜੇ ਬੰਦੇ ਦੀ ਅਰੈਸਟ ਕੀਤੀ ਜਾਵੇ, ਉਹਦੀ ਗ੍ਰਿਫਤਾਰੀ ਕੀਤੀ ਜਾਏਗੀ। ਇਹਨਾਂ ਵਿਸ਼ਵਾਸ ਦਵਾ ਦਿੱਤਾ ਗਿਆ ਆ ਅਤੇ ਉਹਦੀ ਸਵੇਰ ਤੱਕ ਗ੍ਰਿਫਤਾਰੀ ਕਰਕੇ ਅਤੇ ਜਿਹੜਾ ਪੋਸਟਮਾਰਟਮ ਜਿਹੜਾ ਸਿਰੇ ਕਰਵਾਇਆ ਜਾਊਗਾ। ਥਾਣੇ ਦੇ ਵਿੱਚ FIR ਨੰਬਰ 62/21/8/19 ਦੇ ਤਹਿਤ ਮੁਕੱਦਮਾ ਜਿਹੜਾ ਦਰਜ ਹੋ ਚੁੱਕਾ ਹੈਗਾ, ਉਹ ਤੋਂ ਸਵੇਰੇ ਦੋਸ਼ੀ ਅਰੈਸਟ ਕਰਕੇ ਇਹਨਾਂ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਦੀ ਵਾਰਸ ਹਵਾਲੇ ਕੀਤੀ। ਬਲੰਡ ਨਿਊਜ਼ ਲਈ ਬਟਾਲਾ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ।